ਚਾਵਾਂ ਨਾਲ ਪਰਿਵਾਰ ਨੇ ਵਿਆਹ ਕੇ ਭੇਜੀ ਸੀ ਇਕਲੌਤੀ ਧੀ। ਦਾਜ ਦੇ ਲਾਲਚੀ ਸਹੁਰੇ ਪਰਿਵਾਰ ਨੇ ਪੱਖੇ ਤੇ ਟੰਗ ਲੈ ਲਈ ਜਾਨ। ਦੱਸ ਦੇ ਕੇ ਪਰਿਵਾਰ ਦੀ ਇਕਲੌਤੀ ਧੀ ਸੀ ਜਿਸ ਨੂੰ ਕਿ ਉਹਨਾਂ ਨੇ ਬੜੇ ਚਾਹ ਦੇ ਨਾਲ ਵਿਆਹ ਕੇ ਭੇਜਿਆ ਸੀ। ਆਪਣੀ ਹੈਸੀਅਤ ਤੋਂ ਵੀ ਵੱਧ ਉਸਨੂੰ ਦਾਜ ਦਿੱਤਾ ਸੀ, ਪਰ ਸਹੁਰਾ ਪਰਿਵਾਰ ਇੰਨੇ ਤੋਂ ਵੀ ਖੁਸ਼ ਨਹੀਂ ਸੀ। ਸਹੁਰੇ ਪਰਿਵਾਰ ਨੇ ਦਾਜ ਦੇ ਲਾਲਚ ਦੇ ਵਿੱਚ ਆਪਣੀ ਨੂੰਹ ਨੂੰ ਪੱਖੇ 'ਤੇ ਲਟਕਾ ਦਿੱਤਾ ਅਤੇ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਤਸਵੀਰਾਂ ਮੌਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਕੁੜੀ ਨੂੰ ਇਹ ਅਕਸਰ ਦਾਜ ਪਿੱਛੇ ਤੰਗ ਕਰਦੇ ਰਹਿੰਦੇ ਸੀ। ਤਾਂ ਦੱਸ ਦੇ ਕਿ ਮਾਮਲਾ ਨਾਭੇ ਤੋਂ ਸਾਹਮਣੇ ਆਇਆ ਜਿੱਥੇ ਸਹੁਰੇ ਪਰਿਵਾਰ ਵੱਲੋਂ ਪੱਖੇ ਨਾਲ ਟੰਗ ਕੇ ਆਪਣੀ ਹੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮਹਿਲਾ ਦਾ ਨਾਮ ਰਵਿੰਦਰ ਕੌਰ ਹੈ ਅਤੇ ਉਮਰ 30 ਸਾਲ ਹੈ। ਮੌਕੇ 'ਤੇ ਮ੍ਰਿਤਕਾ ਰਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਹੈਸੀਅਤ ਤੋਂ ਵੀ ਵੱਧ ਇਸ ਨੂੰ ਦਾਜ ਦਿੱਤਾ ਸੀ ਅਤੇ ਬਾਅਦ ਵਿੱਚ ਵੀ ਸਹੁਰੇ ਪਰਿਵਾਰ ਨੂੰ ਲੱਖਾਂ ਰੁਪਏ ਕੈਸ਼ ਦੇ ਵਿੱਚ ਦਿੱਤੇ ਸੀ, ਪਰ ਇਹ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਨਹੀਂ ਆਏ ਅਤੇ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ 'ਤੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਰਵਿੰਦਰ ਕੌਰ ਨੂੰ ਅਕਸਰ ਹੀ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਨੂੰ ਲੈ ਕੇ ਤੰਗ ਕੀਤਾ ਜਾਂਦਾ ਸੀ, ਜਿਸ ਦੇ ਚੱਲਦੇ ਸਹੁਰੇ ਪਰਿਵਾਰ ਨੇ ਰਵਿੰਦਰ ਕੌਰ ਨੂੰ ਘਰ ਵਿੱਚ ਹੀ ਪੱਖੇ ਦੀ ਛੱਤ ਨਾਲ ਲਟਕਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਕੀ ਜਾਂਚ ਜਾਰੀ ਹੈ। ਤਾਂ ਇਸ ਸੰਬੰਧੀ ਮ੍ਰਿਤਕਾ ਲੜਕੀ ਦੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਲੜਕੀ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਸੱਸ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰ, ਸਾਨੂੰ ਤਾਂ ਫੋਨ ਹੀ ਆਇਆ ਸਵੇਰੇ 2:30 ਵਜੇ, ਮੈਨੂੰ ਫੋਨ ਆਇਆ ਸੀਗਾ ਵੀ ਉਹ ਬਹੁਤ ਬਿਮਾਰ ਨੇ, ਤੁਸੀਂ ਆ ਜਾਓ, ਹੈ ਨਾ। ਅਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ, ਪਰ ਉਹਨਾਂ ਨੇ ਸਾਡੀ ਲੜਕੀ ਨੂੰ ਗਲਾ ਘੋਟ ਕੇ ਮਾਰਿਆ ਪਿਆ ਸੀਗਾ। ਲੌਬੀ 'ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ, ਹੈ ਨਾ। ਅਤੇ ਚਲੋ ਅਸੀਂ ਜਾਣ ਸਰ ਜਦੀ ਫਿਰ ਪੁਲਿਸ ਚੌਂਕੀ ਗਏ, ਹੈ ਨਾ, ਇਹਨਾਂ ਨੂੰ ਤਲਾਹ ਕੀਤੀ। ਅਤੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਹੀ ਆਉਂਦਾ ਰਿਹਾ, ਥੋੜ੍ਹੀ ਬਹੁਤੀ ਡਿਮਾਂਡ ਤਾਂ ਅਸੀਂ ਇਹਨਾਂ ਦੀ ਪੂਰੀ ਕਰਦੇ ਰਹੇ, ਹੈ ਨਾ। ਚਲੋ ਜਦ ਹੁਣ ਸਾਡੇ ਤੋਂ ਨਾ ਪੂਰੀ ਹੋਈ, ਉਦੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ। ਪਹਿਲਾਂ ਕੀ ਡਿਮਾਂਡ ਕੀਤੀ ਆ, ਕੀ ਦਿੱਤਾ ਤੁਸੀਂ? ਪਹਿਲਾਂ ਸਰ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਈਆ ਮੰਗਿਆ। ਚਲੋ ਅਸੀਂ ਦੇਤਾ ਉਹ ਤਾਂ, ਹੈ ਨਾ। ਫਿਰ 2 ਲੱਖ ਰੁਪਈਆ ਮੰਗ ਲਿਆ, ਅਤੇ ਉਹ ਵੀ ਡਿਮਾਂਡ ਚਲੋ ਆਪਦੀ ਬੱਚੀ ਲਈ ਆਪਾਂ ਪੂਰੀ ਕੀਤੀ, ਹੈ ਨਾ। ਅਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਈਆ ਚਾਹੀਦਾ। ਪਹਿਲਾਂ ਗੁਰਿੰਦਰ ਸਿੰਘ ਦਾ ਮੈਨੂੰ ਫੋਨ ਆਇਆ, ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜ੍ਹਾ ਜਿਹਾ ਟੋਰਚਰ ਕਰਕੇ ਆਪਾਂ ਨੂੰ ਫੋਨ ਕੀਤਾ, ਅਤੇ ਮੈਨੂੰ ਲੱਗਿਆ ਵੀ, ਹੈ ਨਾ, ਗੁੜੀਆ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਗੁੜੀਆ ਨੂੰ ਵੀ ਟੋਰਚਰ ਕਰ ਰਹੇ ਨੇ ਇਹ। ਉਹਨੂੰ ਵੀ ਮੈਂ ਫੋਨ ਕੀਤਾ, ਹੈ ਨਾ, ਅਤੇ ਬਾਅਦ 'ਚੋਂ ਵੀ ਪੁੱਛਿਆ ਉਹਨੂੰ, ਪਰ ਆਪਣੀ ਗੁੜੀਆ ਨੇ ਵੀ ਆਪਾਂ ਨੂੰ ਕੁਛ ਦੱਸਿਆ ਨਹੀਂ ਹੈਗਾ, ਹੈ ਨਾ। ਚਾਹੇ ਤਾਂ ਉਹ ਗੱਲ ਛਪਾ ਗਈ ਆਪਾਂ ਤੋਂ, ਹੈ ਨਾ, ਬੱਚਾ ਛਪਾਇਆ ਜਾਂਦਾ, ਹੈ ਨਾ, ਅਤੇ ਆਪਾਂ ਨੂੰ ਜਾਣੀ ਉਹਨੇ ਕੁਛ ਨਹੀਂ ਦੱਸਿਆ ਹੈਗਾ। ਦੂਏ ਕੁ ਦਿਨ ਬਸ ਆਪਾਂ ਨੂੰ ਆਹ ਚੀਜ਼ ਦਾ ਪਤਾ ਲੱਗਿਆ, ਹੁਣ ਤਾਂ 2:30 ਵਜੇ ਫੋਨ ਹੀ ਆਇਆ ਵੀ ਆਪਣੀ ਗੁੜੀਆ ਹੈ ਨਹੀਂ ਗੀ। ਨਹੀਂ, ਲੜਾਈ ਝਗੜਾ ਕੋਈ ਨਹੀਂ ਸੀਗਾ। ਪਹਿਲਾਂ ਜਾਣੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ, ਉਹ ਆਪਣੀ ਗੁੜੀਆਂ ਨੇ ਦੱਸੀ ਵੀ ਸੀਗੀ। ਪਹਿਲਾਂ ਜਾਣੀ ਜੋ ਆਪਾਂ ਇਹਨਾਂ ਨੂੰ ਟੂਮਾਂ ਵਗੈਰਾ ਪਾਈਆਂ ਸੀ, ਦਾਜ ਵਗੈਰਾ ਜੋ ਵੀ, ਹੈ ਨਾ, ਦਿੱਤਾ ਸੀਗਾ, ਇਹਨਾਂ ਨੇ ਉਹ ਅਲਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੌਕ ਲਾ ਤਾ ਉਹਨੂੰ। ਲੌਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਅਲਮਾਰੀ ਦੀ, ਅਤੇ ਮੈਂ ਉਹਨੂੰ ਕਿਹਾ ਮਹਾਂ ਵੀ ਕੋਈ ਨਹੀਂ ਆਪਾਂ ਲੌਕ ਹੋਰ ਲਵਾ ਦਾਂਗੇ। ਚੱਲ ਮੇਰੀ ਵੀ ਘੋਲ ਹੋ ਗਈ ਲੌਕ, ਮੈਂ ਉਹ ਚਾਬੀ ਲਵਾਉਣ ਤੋਂ।
ਤੇ ਚੱਲ ਇਹਨਾਂ ਨੇ ਗੱਲ ਹੁਣ ਮਹੀਨੇ ਕੁ ਬਾਅਦ ਉਹ ਚਾਬੀ ਥਿਆ ਉਹ ਕੁੜੀਆਂ ਨੇ ਲੋਕ ਖੋਲ੍ਹਿਆ ਉਹਦੇ ਵਿੱਚ ਕੁਛ ਨਹੀਂ ਸੀਗਾ ਖਾਲੀ ਤੀ ਚਾਹੇ ਤਾਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲਈਆਂ ਇਹਨਾਂ ਨੇ ਜੋ ਮਰਜ਼ੀ ਲਾ ਲਓ ਹੈ ਨਾ ਲੜਕਾ ਕੀ ਕਰਦਾ ਸੀ ਲੜਕਾ ਖੇਤੀਬਾੜੀ ਕਰਦਾ ਸੀ ਮੰਗਦੇ ਕਾਹਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇਰ ਤਾਂ ਅਸੀਂ ਟਰੈਕਟਰ ਲੈਣਾ ਉਹਦੇ ਵਾਸਤੇ ਦੂਜੀ ਗੇਰੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਮੈਨੂੰ ਪੈਸੇ ਚਾਹੀਦੇ ਨੇ ਕੁਛ ਮੇਰੇ ਕੋਲ ਹੈਗੇ ਨੇ ਕੁਛ ਤੁਸੀਂ ਹੰਦਾ ਲਾ ਦਿਓ ਇਹਦੇ ਵਾਸਤੇ ਆਉਂਦਾ ਰਿਹਾ ਕਿੰਨੇ ਟਾਈਮ ਪਹਿਲਾਂ ਮੈਰਿਜ ਹੁੰਦੀ ਆ ਤਕਰੀਬਨ 4 ਸਾਲ ਦੇ ਕਰੀਬ ਹੋ ਗਿਆ ਨਾਮ ਕੀ ਹੈ ਲੜਕੀ ਦਾ ਕਿੰਨੀ ਉਮਰ ਰਵਿੰਦਰ ਕੌਰ ਨਾਂ ਹੈ ਪਿੰਡ 'ਚ ਆਉਂਦਾ ਤਾਂ ਕਿੰਨੀ ਉਮਰ ਸੀ ਮੇਰਾ ਨਾਂ ਚਰਨਜੀਤ ਸਿੰਘ ਲੜਕੀ ਦੀ ਉਮਰ ਕਿੰਨੀ ਸੀ ਹਾਂ ਤਕਰੀਬਨ 30 ਸਾਲ ਦੇ ਕਰੀਬ ਸੀ ਮੇਰੇ ਤੋਂ 2-3 ਸਾਲ ਛੋਟੀ ਸੀਗੀ ਪੁਲਿਸ ਨੇ ਮਾਮਲਾ ਤਾਂ ਦਰਜ ਕਰਤਾ ਹੁਣ ਕੀ ਮੰਗ ਕਰਦੇ ਵੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਵਜ੍ਹਾ ਜੀ ਇਹ ਸੀਗਾ ਇਹ ਤੀਵੀਂ ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜ੍ਹਾ ਜਿਹਾ ਇਹਦੇ ਤੋਂ ਤੰਗ ਪਰੇਸ਼ਾਨ ਸੀ ਦਾਜ ਦਹੇਜ ਮੰਗਦਾ ਸੀ ਮੁੰਡਾ ਅਤੇ ਉਹ ਕਦੇ ਦਾਜ ਦਹੇਜ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਇਹਨਾਂ ਨੇ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਅਤੇ ਉਹਦੀ ਡੈਥ ਹੋ ਗਈ ਮੌਕੇ 'ਤੇ ਤੁਸੀਂ ਜਾ ਕੇ ਮੌਕੇ 'ਤੇ ਦੇਖਿਆ ਜੀ ਕੁੜੀ ਬੈੱਡ 'ਤੇ ਪਈ ਸੀ ਲੋਬੀ ਦੇ ਵਿੱਚ ਲਾਹੀ ਹੋਈ ਅਤੇ ਇਹ ਕਹਿੰਦੇ ਆ ਵੀ ਪੱਖੇ ਨਾਲ ਫਾਹਾ ਲੈ ਲਿਆ ਚਲੋ ਅਸੀਂ ਵੈਰੀਫਾਈ ਕਰ ਦਿਆਂਗੇ ਜੀ ਅਤੇ ਉਹਦਾ ਪਤਾ ਲੱਗ ਜੂ ਜੋ ਵੀ ਹੋਇਆ ਗਾ ਅਤੇ ਵਿਆਹ 4 ਸਾਲ ਪਹਿਲਾਂ ਕੋਈ ਬੱਚਾ ਵੀ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀਗੇ ਬੱਚਾ ਵੀ ਨਹੀਂ ਸੀ ਹੁਣ ਕਿਹੜੇ ਕਿਹੜੇ ਧਰਾਵਾਂ ਦੇ ਤਹਿਤ ਕਿਸ ਕਿਸ ਦੇ ਮਾਮਲੇ ਇਹ 80-85-3-5 ਇਹ BNS ਕਿਸ ਕਿਸ ਇੱਕ ਹੈਗੇ ਆ ਇਹਦਾ ਗੁਰਿੰਦਰਾ ਮੁੰਡਾ ਇਹਦੇ ਘਰ ਵਾਲਾ ਕੁੜੀ ਦੇ ਅਤੇ ਇੱਕ ਇਹਦੀ ਮਾਤਾ 'ਤੇ ਗ੍ਰਿਫਤਾਰੀ ਹੋ ਗਈ ਜੀ ਕਿਹਨੇ ਕਿਹਦੀ ਕੀਤੀ ਇਕੱਲੇ ਗੁਰਿੰਦਰ ਦੀ ਹੋਈ ਆ ਜੀ ਮਾਤਾ ਵਿਰਦਾ ਕਿ 70 ਸਾਲ ਦੀ ਉਮਰ ਕਰਦੇ ਆ ਵੈਰੀਫਾਈ ਕੋਈ ਗੱਲ ਨਹੀਂ ਉਹਨੂੰ ਵੀ ਜੀ ਕਰਾਂਗੇ ਗ੍ਰਿਫਤਾਰ ਛੱਡਦੇ ਨਹੀਂ